पांचवें दिन की सुबह भक्तों के लिए नई उमंग लिए आती है। चालले में पांचवें दिन की यात्रा शाहतलाई से बाबा जी की गुफा दियोट सिद्ध तक की होती है। असूलों के अनुसार गुफा पर जाने से पहले भक्तों को नहाकर नए वस्त्र ग्रहण करने होते हैं। बहुत से भक्त प्रथा अनुसार चरण गंगा में स्नान करते हैं तथा अनेकों श्रद्धालु श्री तरसेम निवास के स्नानागार में स्नान करना पसंद करते हैं। श्री तरसेम निवास से कुछ ही दूर चरण गंगा में स्नान करने से भी कई कष्टों से मुक्ति मिलती है। लगभग 7 बजे गुरु महाराज जी तख्त पर विराजमान होते हैं तथा सात संगत जी गुरु जी की पूजा करती है। गुरु पूजा के बाद लगभग 9 बजे गुरु महाराज जी बाबा जी के झंडे के साथ सात संगत जी को लिए गुफा की ओर चलते हैं। गुफा की ओर की अपनी यात्रा में बहुत से श्रद्धालु सुच्चे मुंह अर्थात बिना अन्न जल ग्रहण किए ही चलते हैं। सतगुरु श्री तरसेम लाल जी महाराज के बताए उसूलों की पालना सात संगत जी तथा सेवादार अति श्रद्धा से करते हैं। बाबा जी की गुफा तक की इन ऊंची चढ़ाइयों पर सात संगत जी बाबा जी का नाम लिए आगे बढ़ी चलती है। और तो और जहां तक पहुंचने में कारें और बसें बंद पड़ने लगती हैं वहां सात संगत जी बाबा जी के प्रेम से आगे खींची चलती हैं। गुफा पहुंचने पर गुरु महाराज जी बाबा जी को रोट प्रसाद का भोग लगाते हैं और सात संगत जी बाबा जी का रोट प्रसाद ले अपना व्रत पूरा करती हैं। Thank you.
पहला पूजा गणेश जी, माँ पार्वती शिव भगवान, पिता विष्णु माँ पूजा लक्ष्मी, जूनागढ़ जन्म पूजा तरमो Thank you.
Yeah.
ਮੇਰੀ ਸਾਹ ਸਿੰਘ ਜੀ ਆਪਾਂ ਜਦੋਂ ਸੰਗਤਾਂ ਲੁਧਿਆਣੇ ਤੋਂ ਰੋਟ ਦੇਖੇ ਚੱਲਦੀਆਂ ਨੇ ਤਾਂ ਹੁੰਦੀ ਹੈ ਵੀ ਕਿਹੜੇ ਵੇਲੇ ਗੁਫਾ ਤੇ ਪਹੁੰਚ ਜਾਈਏ ਰਾਹੋਂ ਬਾਬਾ ਜੀ ਨੂੰ ਯਾਦ ਕੀਤਾ ਹਜ਼ਾਰਾਂ ਸੰਗਤਾਂ ਤੁਰ ਕੇ ਪਿੰਡ ਪਿੰਡ ਘੁੰਮਦੀਆਂ ਕੀਰਤਨ ਕਰਦੀਆਂ ਰੋਡ ਬਜ਼ਾਰੇ ਪਹੁੰਚੀਆਂ ਫਿਰ ਬਾਬਾ ਜੀ ਦੀ ਬੰਦਗੀ ਕੀਤੀ ਫਿਰ ਨੰਗਲ ਆਏ ਬੇੜੀਆਂ ਪਾਰ ਕਰਕੇ ਸ਼ਾਤ ਲਾਈਆਂ ਜਿੱਥੇ ਬਾਬਾ ਜੀ ਨੇ 12 ਸਾਲ ਤਪ ਕੀਤਾ ਮਾਤਾ ਰਤਨੋ ਦੇ ਘਰ ਰਹੇ ਉੱਥੇ ਵੀ ਚੌਂਕੀ ਭਰੀ ਸੰਗਤਾਂ ਨੇ ਤੇ ਤਾਂ ਇੱਕੋ ਹੀ ਵੀ ਬਾਬਾ ਜੀ ਦੇ ਦਰਸ਼ਨ ਹੋ ਜਾਣ ਬਾਬਾ ਜੀ ਸਾਡੇ ਦੁੱਖ ਦੂਰ ਕਰਨ ਤੇ ਬਾਬਾ ਜੀ ਕਰਦੇ ਵੀ ਨੇ ਜਿਹੜੇ ਸੱਚੇ ਦਿਲੋਂ ਆਉਂਦੇ ਨੇ ਕਿਉਂਕਿ ਭੋਲੇਨਾਥ ਜੀ ਦਾ ਵਰਦਾਨ ਹੀ ਹੈ ਇਹਨਾਂ ਨੂੰ ਵੀ ਜਿਹੜਾ ਵੀ ਸੱਚੀ ਸ਼ਰਧਾ ਦੇ ਨਾਲ ਪੂਰੇ ਵਿਸ਼ਵਾਸ ਦੇ ਨਾਲ ਆਏਗਾ ਉਹਦੀ ਝੋਲੀ ਭਰਨਗੇ ਬਾਬਾ ਜੀ ਸੋ ਅੱਜ ਵੀ ਬਾਬਾ ਜੀ ਦੀ ਨੂਰਾਨੀ ਜੋਤ ਝੋਲੀਆਂ ਭਰਦੀ ਹੈ ਜਿਹੜਾ ਨਿਸ਼ਚਾ ਰੱਖਦਾ ਕਿਉਂਕਿ ਸਾਡੇ ਮਹਾਰਾਜ ਕਹਿੰਦੇ ਹੁੰਦੇ ਸੀ ਮੇਰੇ ਬਾਬੇ ਨੂੰ ਕੋਈ ਨਹੀਂ ਬੁੱਝ ਸਕਦਾ ਖੇਡਾਂ ਇਹਦੀਆਂ ਬਹੁਤ ਪਿਆਰੀਆਂ ਨੇ ਮਿਲੇ ਭਗਤ ਤੇ ਭਗਤ ਮਿਲਣੇ ਇਹਨੂੰ ਗੱਲਾਂ ਕਰਦਾ ਇਹ ਬਹੁਤ ਨਿਆਰੀਆਂ ਨੇ ਲੱਖਾਂ ਤਾਰ ਦਿੱਤੇ ਲੱਖਾਂ ਤਰ ਜਾਣੇ ਸੰਗਤਾਂ ਜੋਗੀ ਨੂੰ ਬਹੁਤ ਪਿਆਰੀਆਂ ਨੇ ਤੇ ਅੰਗ ਸੰਗ ਰਹਿੰਦਾ ਉਹਨਾਂ ਨਾਲ ਜੋਗੀ ਤੇ ਜਿਹਨਾਂ ਸਹੀਆਂ ਮੁਸੀਬਤਾਂ ਭਾਰੀਆਂ ਨੇ ਸੋ ਸੰਗਤਾਂ ਬਹੁਤ ਸੰਗਤਾਂ ਨੂੰ ਪਿਆਰ ਕਰਦੇ ਨੇ ਬਾਬਾ ਜੀ ਬਹੁਤ ਬਸ ਲੋੜ ਹੈ ਵੀ ਅਸੀਂ ਮਨੋਂ ਜੁੜੀਏ ਮਨ ਪਵਿੱਤਰ ਕਰੀਏ ਜਦੋਂ ਮਨ ਪਵਿੱਤਰ ਹੋ ਗਿਆ ਫਿਰ ਨਹੀਂ ਸਾਨੂੰ ਕੁਝ ਵੀ ਕਹਿਣਾ ਪੈਣਾ ਕਿਉਂਕਿ ਇਹ ਫਕਰਾਂ ਦਾ ਦਰਬਾਰ ਹੈ ਫਕਰ ਤਾਂ ਬਿਨਾਂ ਕਈ ਸਾਰਾ ਕੁਝ ਜਾਣਦੇ ਹੈ ਕੀ ਦੁੱਖੜੇ ਰੋਈਏ ਕਿਉਂਕਿ ਬਾਬਾ ਜੀ ਸਾਡੇ ਦਿਲਾਂ ਦੀਆਂ ਜਾਣਦੇ ਨੇ ਉਹ ਤਾਂ ਅੰਤਰਯਾਮੀ ਨੇ ਬਸ ਲੋੜ ਹੈ ਵੀ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਕਿਉਂਕਿ ਕਮੀ ਇਨਸਾਨ ਵਿੱਚ ਹੁੰਦੀ ਹੈ ਅਸੀਂ ਸਾਰੇ ਬੈਠੇ ਹਾਂ ਸਤਸੰਗ ਕਰ ਰਹੇ ਹਾਂ ਬੰਦਗੀ ਕਰ ਰਹੇ ਹਾਂ ਪਰਮਾਤਮਾ ਸਾਡੇ ਤੋਂ ਚਾਹੁੰਦਾ ਕੀ ਹੈ ਗੁਰੂਆਂ ਦਾ ਮਕਸਦ ਕੀ ਸੀ ਚਾਲਾ ਬਣਾਉਣ ਦਾ ਵੀ ਅਸੀਂ ਨਾਮ ਨਾਲ ਜੁੜੀਏ ਬੰਦਗੀ ਨਾਲ ਜੁੜੀਏ ਇੱਕੋ ਹੀ ਮਕਸਦ ਹੈ ਜਿਹੜਾ ਬੰਦਗੀ ਨਾਲ ਜੁੜ ਗਿਆ ਤੇ ਮੈਂ ਸਮਝਾਉਂਦਾ ਹੁੰਦਾ ਵੀ ਉਹਨੂੰ ਕੁਝ ਮੰਗਣ ਦੀ ਜ਼ਰੂਰਤ ਨਹੀਂ ਲੋਕ ਪੈਸਾ ਪੈਸਾ ਕਰਦੇ ਨੇ ਤੇ ਪੈਸਾ ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਪਿੱਛੇ ਪਿੱਛੇ ਘੁੰਮਦੇ ਉਹਨਾਂ ਨੂੰ ਨਹੀਂ ਭਜਣਾ ਪੈਂਦਾ ਆਮ ਲੋਕਾਂ ਵਾਂਗੂ ਪੈਸੇ ਦੇ ਪਿੱਛੇ ਪੈਸਾ ਉਹਨਾਂ ਦੇ ਮਾਇਆ ਉਹਨਾਂ ਦੇ ਪਿੱਛੇ ਪਿੱਛੇ ਘੁੰਮਦੀ ਹੈ ਸ਼ੌਹਰਤ ਉਹਨਾਂ ਦੇ ਕਦਮ ਚੁੰਮਦੀ ਹੈ ਆ ਕੇ ਜਿਹੜੇ ਮਨੋਂ ਸਾਫ਼ ਹੋ ਜਾਂਦੇ ਹੈ ਸੋ ਆਪਾਂ ਸਾਰੇ ਆਏ ਹਾਂ ਮੰਗਣ ਵਾਲੀ ਚੀਜ਼ ਇਹੀ ਹੈ ਵੀ ਸਾਡਾ ਹਿਰਦਾ ਪਵਿੱਤਰ ਹੋ ਜਾਵੇ ਸਾਨੂੰ ਦਰਸ਼ਨ ਹੋ ਜਾਣ ਦਰਸ਼ਨ ਇਹੀ ਆ ਵੀ ਗੁਰੂਆਂ ਦੇ ਵਚਨਾਂ ਦਾ ਸਾਡੇ ਅੰਦਰ ਚਾਨਣ ਹੋ ਜਾਵੇ ਅੰਦਰ ਚਾਨਣ ਹੋ ਗਿਆ ਸਮਝੋ ਦਰਸ਼ਨ ਹੋ ਗਏ ਜਿੱਥੇ ਆ ਕੇ ਵੀ ਆਪਾਂ ਚੁਗਲੀ ਨਿੰਦਿਆ ਕਰਦੇ ਰਹੇ ਹੁਣ ਮੈਂ ਪਿੱਛੇ ਨੀਚੇ ਦੇਖ ਰਿਹਾ ਸੀ ਕਈ ਮੋਬਾਈਲ ਨਾਲ ਹੀ ਖੇਡੀ ਜਾਂਦੇ ਹੈ ਫਿਰ ਇਹਦੇ ਨਾਲ ਘਰੇ ਬੈਠਣਾ ਚੰਗਾ ਕੋਈ ਫਾਇਦਾ ਨਹੀਂ ਹੈ ਇੱਥੇ ਆ ਕੇ ਵੀ ਅਸੀਂ ਦੁਨੀਆਂ ਨਾਲੋਂ ਟੁੱਟੇ ਨਹੀਂ ਨਾਮ ਨਾਲ ਜੁੜੇ ਨਹੀਂ ਫਿਰ ਕੀ ਫਾਇਦਾ ਆਉਣ ਦਾ ਫਿਰ ਤਾਂ ਅਸੀਂ ਸਮਾਂ ਖਰਾਬ ਕਰ ਰਹੇ ਹਾਂ ਤੀਰਥ ਸਾਡੇ ਲਈ ਬਣੇ ਇਹ ਤੀਰਥ ਹੈ ਜਿੱਥੇ ਅਸੀਂ ਬੈਠੇ ਹਾਂ ਤੀਰਥ ਬਣਦਾ ਉਦੋਂ ਹੈ ਜਦੋਂ ਕੋਈ ਤਪ ਕਰਦਾ ਮਹਾਂਪੁਰਸ਼ ਸੋ ਬਾਬਾ ਜੀ ਨੇ ਇੱਥੇ ਬੰਦਗੀ ਕੀਤੀ ਤਪ ਕੀਤਾ ਜਗ੍ਹਾ ਨੂੰ ਭਾਗ ਲਾਏ ਜੰਗਲ ਸੀ ਬੀਆਬਾਨ ਸੀ ਕੋਈ ਇੱਥੇ ਰਹਿਣ ਦੀ ਜਗ੍ਹਾ ਤਾਂ ਦੂਰ
पुराने पंडित दसते ने जिहड़े इत्थे सेवा करते ने पुराने पंडित जिहड़े गुफा दे कहिंदे जी रस्सियां फड़ के थले उतरदे हुंदे सी असीं कोई रस्ता नहीं सी गुफा ते जाण दा जिहड़ियां पौड़ियां बणियां ने तां बहुत बाद विच बणियां ने लकड़ दियां पौड़ियां हुंदियां सी पहलां बहुत घट संगत होएगी जिन्हां ने लकड़ दियां पौड़ियां देखियां ने जिहड़े महाराज नाल बहुत पुराने आंदे ने शायद उन्हां ने देखियां हुण पुरानियां पौड़ियां कहिंदे रस्से फड़ के चरण पादका तों रस्से फड़ के नीचे उतरदे हुंदे सी गुफा ते आरती करन वास्ते सो हौली हौली बाबा जी ने देखो किन्नियां संगतां ने बाबा जी ने कृपा कीती संगतां ने ते संगतां ने इत्थे लहरां बहरां हो गईआं इह सब की है क्योंकि जंगल विच मंगल ला दिंदा जिथे वासा होवे इन्हां संतां दा उह जगह नूं भाग लग जांदे जिथे आके संत बैठ जांदे ने सो बाबा जी ने इस जगह नूं भाग लाए सो ध्यान करिए गुफा दा उसी पवित्र गुफा दा जिथे साडे बाबा जी वसदे ने धूप तेरे अनारांदे गुफा विचों आ जांदा ते आवे दुख टुटे हजारांदे गुफा विचों आ जांदा ते आवे धूप तेरे अनारांदे गुफा विचों आ जा जोगिया वे दुख छुटण हजारां दे गुफा विचों आ जा Oh,
ਪਰਿਸਾਦ ਸਿੰਘ ਜੀ ਮੈਂ ਪਹਿਲਾਂ ਕਿਹਾ ਵੀ ਤੀਰਥਾਂ 'ਤੇ ਆ ਕੇ ਜੇ ਸੌਂ ਕੇ ਸਮਾਂ ਲੰਘਾ ਦਿੱਤਾ ਉਹਦਾ ਕੀ ਫਾਇਦਾ ਹੈ। ਆਪਾਂ ਲੰਗਰ ਖਾ ਕੇ ਲੰਗਰ ਤਾਂ ਘਰੇ ਵੀ ਖਾਈ ਜਾਂਦੇ ਹਾਂ। ਸੋ ਇੱਥੇ ਆ ਕੇ ਵੱਧ ਤੋਂ ਵੱਧ ਆਪਾਂ ਸੇਵਾ ਕਰੀਏ, ਨੀਵੇਂ ਬਣੀਏ, ਨਾਮ ਜਪੀਏ, ਆਪਣੇ ਮਨ ਨੂੰ ਸਮਝਾਈਏ। ਇਕੱਲਾ ਮੱਥਾ ਟੇਕ ਕੇ ਗੱਲ ਨਹੀਂ ਬਣਨੀ, ਮੱਥਾ ਟੇਕ ਦਈਏ ਆਪਣੀਆਂ ਬੁਰੀਆਂ ਆਦਤਾਂ ਦਾ ਵੀ। ਬਾਬਾ ਜੀ ਅਸੀਂ ਤੁਹਾਡੇ ਦਰ 'ਤੇ ਆਏ ਹਾਂ, ਸਾਡੇ ਵਿੱਚ ਬਹੁਤ ਕਮੀਆਂ ਨੇ, ਸਾਡੇ 'ਤੇ ਕਿਰਪਾ ਕਰੋ। ਸਾਡੀਆਂ ਜਿਹੜੀਆਂ ਬੁਰੀਆਂ ਆਦਤਾਂ ਨੇ, ਕੋਈ ਸ਼ਰਾਬ ਪੀਂਦਾ, ਕੋਈ ਮੀਟ ਖਾਂਦਾ, ਕੋਈ ਬੀੜੀ ਪੀਂਦਾ, ਹੋਰ ਤਰ੍ਹਾਂ ਦੇ ਕਈ ਤਰ੍ਹਾਂ ਦੇ ਨਸ਼ੇ ਕਰਦੇ ਨੇ। ਬਾਬਾ ਜੀ ਅਸੀਂ ਤੇਰੇ ਦਰ 'ਤੇ ਬੈਠੇ ਹਾਂ, ਸਾਡੇ 'ਤੇ ਕਿਰਪਾ ਕਰੋ, ਅਸੀਂ ਛੱਡ ਕੇ ਜਾਈਏ। ਸਾਨੂੰ ਆਦਤ ਹੈ, ਸਾਡੀ ਜੀਭ ਨਹੀਂ ਹਟਦੀ ਚੁਗਲੀ ਨਿੰਦਿਆ ਕਰਨ ਤੋਂ। ਬਾਬਾ ਜੀ ਸਾਡੇ 'ਤੇ ਕਿਰਪਾ ਕਰੋ, ਸਾਨੂੰ ਨਾਮ ਨਾ ਜੋੜੋ, ਆਪਣੇ ਚਰਨਾਂ ਨਾ ਜੋੜੋ, ਅਸੀਂ ਚੁਗਲੀ ਨਿੰਦਿਆ ਨਾ ਕਰੀਏ, ਬੁਰਾਈ ਦੇਖੀਏ ਨਾ ਅਸੀਂ ਕਿਸੇ ਦੀ। ਅਸੀਂ ਆਪਣੇ ਅੰਦਰ ਝਾਤੀ ਮਾਰੀਏ, ਆਪਣੀ ਬੁਰਾਈ ਵੱਲ ਦੇਖੀਏ ਅਤੇ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ, ਫਿਰ ਤੀਰਥਾਂ 'ਤੇ ਆਉਣ ਦਾ ਫਾਇਦਾ ਹੈ। ਨਹੀਂ ਤਾਂ ਬਹੁਤ ਦੁਨੀਆ ਆ ਰਹੀ ਹੈ ਜਾ ਰਹੀ ਹੈ, ਬਾਬਾ ਜੀ ਦੇਖਦੇ ਨਹੀਂ ਆਉਣਾ ਵੱਲ, ਕਿਉਂ ਅਸੀਂ ਸੁਧਾਰ ਨਹੀਂ ਕਰਦੇ। ਜਾ ਕੇ ਫਿਰ ਉਹੀ ਕੰਮ ਕਰਨੇ ਆ, ਜੂਆ ਖੇਡਣਾ, ਸ਼ਰਾਬ ਪੀਣੀ ਹੈ, ਘਰਦਿਆਂ ਨੂੰ ਤੰਗ ਕਰਨਾ, ਘਰਦਿਆਂ ਨਾਲ ਲੜਨਾ, ਫਿਰ ਕੀ ਫਾਇਦਾ? ਇਸੇ ਬੰਦੇ ਦੇ ਆਉਣ ਦਾ ਕੋਈ ਫਾਇਦਾ ਨਹੀਂ ਹੈ, ਜਾ ਕੇ ਉਹੀ ਕੰਮ ਕਰਨੇ। ਸੋ ਬਾਬਾ ਜੀ ਦੇ ਅੱਗੇ ਅਰਦਾਸ ਕਰੀਏ, ਅਸੀਂ ਗਲਤੀਆਂ ਦੇ ਪੁਤਲੇ ਹਾਂ, ਸਾਡੇ ਵਿੱਚ ਬਹੁਤ ਕਮੀਆਂ ਨੇ। ਇਹ ਬਾਬਾ ਜੀ ਸਾਡੇ 'ਤੇ ਕਿਰਪਾ ਕਰੋ। ਪੈਸਾ ਕੋਈ ਮੰਗਣ ਵਾਲੀ ਚੀਜ਼ ਨਹੀਂ ਹੈ, ਪੈਸਾ ਤਾਂ ਮੈਂ ਪਹਿਲਾਂ ਕਿਹਾ ਵੀ ਰੁਲਦਾ ਫਿਰਦਾ ਉਹਨਾਂ ਦੇ ਪੈਰਾਂ ਦੇ ਹੇਠਾਂ ਜਿਹੜੇ ਚੰਗੇ ਬਣ ਗਏ ਨੇ। ਹੁਣ ਪਿਆਰੇ ਸਾਧ ਸਿੰਘ ਜੀ ਬਹੁਤ ਖੁਸ਼ੀ ਹੁੰਦੀ ਹੈ ਅੱਗੇ ਦੱਸਦਿਆਂ ਹੋਇਆ, ਕਿਉਂਕਿ ਜੁੜਦਾ ਉਹ ਇਨਸਾਨ ਆ ਜਿਹਦੇ ਪਹਿਲਾਂ ਮਾਂ ਬਾਪ ਜੁੜੇ ਹੋਣ, ਜਿਹਨਾਂ ਨੂੰ ਸਤਿਗੁਰ ਮਿਲ ਜਾਣ। ਹਰ ਸਾਲ ਸੇਵਾ ਕਰਦੇ ਨੇ ਮੰਦਰ ਵਾਸਤੇ ਆਸਟ੍ਰੇਲੀਆ ਤੋਂ। ਉਹ ਜਦੋਂ ਰਾਹੋਂ ਮਿਲਿਆ ਮੁੰਡਾ, ਉਹਦਾ ਨਾਮ ਹੈ ਮੋਨੂ, ਆਸਟ੍ਰੇਲੀਆ ਤੋਂ, ਤੁਸੀਂ ਜਾਣਦੇ ਹੋ, ਹਰ ਸਾਲ ਹੀ ਸੇਵਾ ਕਰਦਾ ਅਤੇ ਇਸ ਸਾਲ ਛੁੱਟੀ ਮਿਲੀ ਬੜੀ ਮੁਸ਼ਕਿਲ, ਕਹਿੰਦਾ 2 ਹਫ਼ਤਿਆਂ ਦੀ ਛੁੱਟੀ ਮਿਲੀ ਹੈ। ਚੌਂਕੀ ਵੀ ਹੈ ਉਹਨਾਂ ਦੇ ਘਰ ਜਾਂਦੇ ਚਾਲੇ ਤੋਂ ਬਾਅਦ, ਅਤੇ ਕਹਿ ਰਿਹਾ ਸੀ ਵੀ ਜਦੋਂ 4-5 ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ ਉਦੋਂ ਮੈਂ ਗੋਰਿਆਂ ਦੇ ਨੀਚੇ ਕੰਮ ਕਰਦਾ ਸੀ, ਅੰਗਰੇਜ਼ਾਂ ਦੇ ਨੀਚੇ ਕੰਮ ਕਰਦਾ ਸੀ ਉਹਨਾਂ ਦਾ, ਅਤੇ ਅੱਜ ਬਾਬਾ ਜੀ ਨੇ ਐਸੀ ਕਿਰਪਾ ਕੀਤੀ ਹੈ ਕਿ ਅੱਜ 100 ਤੋਂ ਉੱਤੇ ਗੋਰਾ ਮੇਰੇ ਥੱਲੇ ਕੰਮ ਕਰਦੇ। ਸੋ ਇਹ ਛੋਟੀ ਜਿਹੀ ਉਪਲਬਧੀ ਨਹੀਂ ਹੈ, ਇਹ ਛੋਟੀ ਜਿਹੀ ਗੱਲ ਨਹੀਂ ਹੈ, ਕਿਉਂਕਿ ਜਿਹੜਾ ਸਾਡਾ ਭਾਰਤ ਦੇਸ਼ ਹੈ ਇਹਨੂੰ ਮਾਣ ਪ੍ਰਾਪਤ ਹੈ, ਇਹਨੂੰ ਵਿਸ਼ਵ ਦਾ ਗੁਰੂ, ਦੁਨੀਆਂ ਦਾ ਗੁਰੂ ਕਿਹਾ ਜਾਂਦਾ। ਸਾਡੇ ਤੋਂ ਸਿੱਖਿਆ ਲੈ ਕੇ ਗੋਰਿਆਂ ਨੇ ਰਾਜ ਕੀਤਾ ਸਾਡੇ 'ਤੇ। ਸੋ ਇਹ ਛੋਟੀ ਜਿਹੀ ਗੱਲ ਨਹੀਂ ਵੀ ਅੱਜ ਗੋਰੇ ਸਾਡੇ ਬੱਚਿਆਂ ਦੇ ਥੱਲੇ ਕੰਮ ਕਰਨ। ਇਹ ਹੁੰਦਾ ਕਿਵੇਂ ਹੈ? ਇਹ ਹੁੰਦਾ ਜਦੋਂ ਅਸੀਂ ਗੁਰੂਆਂ ਦੀ ਸਿੱਖਿਆ ਗ੍ਰਹਿਣ ਕਰਦੇ ਹਾਂ, ਆਪਣੇ ਦਿਲ ਤੱਕ ਲੈ ਕੇ ਜਾਂਦੇ ਹਾਂ। ਛੋਟੇ ਹੁੰਦਿਆਂ ਨੂੰ ਉਹਨਾਂ ਨੂੰ, ਬੱਚਿਆਂ ਨੂੰ ਉਂਗਲੀ ਪਕੜ ਕੇ ਮਾਂ ਬਾਪ ਲੈ ਕੇ ਆਉਂਦੇ ਨੇ ਜਿਹੜੇ ਮੰਦਰ ਵਿੱਚ, ਫਿਰ ਆਪ ਅਮਲ ਕਰਦੇ ਨੇ। ਮੈਂ ਕਹਿੰਦਾ ਉਹਨਾਂ ਅਮਲਾਂ ਦੇ ਬਾਅਦ ਜੋ ਹੈ, ਮਹਾਰਾਜ ਸਾਡੇ ਕਹਿੰਦੇ ਹੁੰਦੇ ਸੀ ਅਮਲਾਂ ਦੇ ਬਾਅਦ ਜੋ ਹੈ, ਆਲਮਾ ਇਲਮਨ ਕੰਮੇ ਸਾਰੇ, ਤੀਰਥਾਂ 'ਤੇ ਆ ਰਹੇ ਹਾਂ, ਜਾ ਰਹੇ ਹਾਂ, ਨਾਮ ਜਪ ਰਹੇ ਹਾਂ, ਪਰ ਹਿਰਦਾ ਜੇ ਪਵਿੱਤਰ ਨਹੀਂ ਹੈ, ਅਸੀਂ ਗੁਰੂਆਂ ਦੇ ਕਹਿਣਾ ਮੰਨ ਨਹੀਂ ਰਹੇ, ਫਿਰ ਤੀਰਥ ਤਾਂ ਆਉਣ ਦਾ ਕੋਈ ਫਾਇਦਾ ਨਹੀਂ ਹੈ। ਚੌਂਕੀ ਭਰ ਰਹੇ ਹਾਂ ਨਹੀਂ, ਪ੍ਰਣ ਕਰਕੇ ਜਾਈਏ, ਬਾਬਾ ਜੀ ਤੇਰੀ ਗੁਫਾ 'ਤੇ ਆਏ ਹਾਂ, ਚੰਗੇ ਭਾਗ ਨੇ ਸਾਡੇ, ਪੁੱਛ ਕੇ ਦੇਖੋ, ਜਿਹੜੇ ਚੱਲਣ ਤੋਂ ਆਵਾਜ਼ਾਰ ਨੇ ਗੁਫਾ 'ਤੇ ਆ ਨਹੀਂ ਸਕਦੇ। ਅਤੇ ਜਿਨ੍ਹਾਂ ਦੇ ਮਾਂ ਬਾਪ ਲੈ ਕੇ ਆਉਂਦੇ ਸੀ ਉਹਨਾਂ ਨੇ, ਜਿਨ੍ਹਾਂ ਨੇ ਅਮਲ ਕੀਤਾ ਮਾਂ ਬਾਪ ਨੇ, ਉਹਨਾਂ ਦੇ ਬੱਚੇ ਵੀ ਅਮਲ ਕਰ ਰਹੇ ਹੈ, ਉਹਦਾ ਹੀ ਨਤੀਜਾ ਵੀ ਅੱਜ ਬੱਚੇ ਮੰਦਰ ਨਾਲ ਜੁੜੇ ਹੋਏ ਆ। ਹੁਣ ਕਈ ਨੇੜੇ ਰਹਿ ਕੇ ਨਹੀਂ ਜੁੜਦੇ, ਹਰ ਵੇਲੇ ਨਾਲ ਰਹਿੰਦੇ ਆ, ਫਿਰ ਵੀ ਉਹਨਾਂ 'ਤੇ ਅਸਰ ਨਹੀਂ ਹੁੰਦਾ, ਕਿਉਂ? ਅਸੀਂ ਅਮਲ ਹੀ ਨਹੀਂ ਕਰਦੇ। ਨਹੀਂ ਜੀ, ਅਸੀਂ ਤਾਂ ਨੇੜੇ ਰਹਿੰਦੇ ਹਾਂ, ਨੇੜੇ ਵਾਲੇ ਕਈ ਵਾਰੀ ਖਾਲੀ ਰਹਿ ਜਾਂਦੇ, ਕਾਰਨ ਕਿ ਉਹ ਪਰਵਾਹ ਨਹੀਂ ਕਰਦੇ। ਨਹੀਂ ਜੀ, ਬਖਸ਼ਾ ਲਾਂਗੇ ਜਾ ਕੇ, ਕੋਈ ਗੱਲ ਨਹੀਂ, ਬਾਬਾ ਜੀ ਮੂਹਰੇ ਕੰਨ ਖਿੱਚ ਲਾਂਗੇ, ਪਰ ਕਿੰਨੀ ਵਾਰ, ਕਿੰਨੀ ਵਾਰ ਮਾਫੀਆਂ ਮੰਗਾਂਗੇ? ਸੋ ਸਮਝ ਕਰੀਏ, ਬੇਸ਼ੱਕ ਬਾਬਾ ਜੀ ਬਖਸ਼ ਦਿੰਦੇ ਨੇ, ਐਸੀ ਗੱਲ ਨਹੀਂ ਹੈ, ਪਰ ਕਿੰਨੀ ਵਾਰੀ ਧਿਆਨ ਕਰੀਏ, ਅਕਲ ਕਰੀਏ, ਸਾਡੇ 'ਤੇ ਵੀ ਕਿਰਪਾ ਹੋ ਸਕਦੀ। ਮੈਂ ਕਿਉਂ ਸਮਝਾਉਂਦਾ ਹਾਂ, ਕਿਉਂ ਇਹ ਬੱਚਿਆਂ ਦੀ ਉਦਾਹਰਣ ਤੁਹਾਡੇ ਸਾਹਮਣੇ ਦਿੰਦਾ, ਕਿਉਂਕਿ ਤੁਸੀਂ ਵੀ ਇਹਨਾਂ ਨੂੰ ਦੇਖ ਕੇ ਬਦਲੋ, ਤੁਹਾਡੇ ਮਨ ਵਿੱਚ ਵੀ ਚਾਹ ਆਵੇ ਵੀ ਜਿੱਦਾਂ ਇਹ ਮੰਦਰ ਨੂੰ ਹਰ ਸਾਲ ਦਾਨ ਕਰਦੇ ਨੇ ਬੱਚੇ, ਸਾਡੇ ਵਿੱਚ ਵੀ ਹਿੰਮਤ ਆਵੇ
बाबा जी साढ़े ते भी कृपा करो, असी भी इन्हां वर्गे बनीए, असी भी थोड़े दर घर वास्ते सेवा करिए। हुण देखो इत्थे आके सतगुरां ने ऐसी शिक्षा दिती है, हुण मंडली वाले मुंडिया के गले बैठे हुए ने बेचारियां दी गा गा के, क्योंकि आके सुते नहीं है, आराम नहीं किया, आप भी जुड़े ने ते संगतां नूं भी जोड़े हैं। तो बाबा जी कृपा करो ये उत्ते, अरदास करते हैं भी बाबा जी अगर फिर लोगों के काम होंगे है, बाबा जी कृपा करते हैं फिर संगत दान कर दें। मैं तां दस रहा संगत विच भी थोड़े च कई लोग बैठे ने, वो भी समझ करन भी सानू भी चा चढ़े, असी भी शिक्षा लईए, सानू भी रब हिम्मत देवे, असी भी दान करिए। क्योंकि जिहड़ा दान करदा हुण देखो कई अठवीं फेल ने, कई कहिंदे जी पढ़ लिख जाओ पढ़ लिख जाओ, बेशक पढ़ना चाहिए, कहना मनो माँ बाप का, सारे बच्चे पढ़ो, पर जब तक बाबा जी की कृपा नहीं है, अंदर धर्म नहीं है। हुण अफसर बन गया बहुत पढ़ लिखे, पर उत्थे जाके शराबा पी जांदा है, लोगों दी जेबां कटदा, ऐसे अफसर बनने का की फायदा है, कोई फायदा नहीं। जिहड़ा बच्चा धर्म नाल जुड़िया होया है, गुरुआं दे वचनां, देखो लोग फोटो लगाते हैं घरां विच, वो फोटो क्यों लगाई जाती है, भी गुरुआं की तस्वीर देख के सानूं याद आ जाए भी साढ़े गुरु सानूं इस काम तो डकदे ने। इन भी मंगण वास्ते लाइए भी बाबा जी सानूं आ दे दिओ, बाबा जी की फोटो लाई है घरे, जां गुरुआं की लाई है, इस वास्ते नहीं लगाई भी असीं मंगी जाना बस, नहीं, उन्होंने हाजर नाजर समझना, गुरुआं की फोटो देख के सानूं याद ही याद आ जाए भी सानूं गुरु इस काम तो डकदे ने, इस काम तो सानूं रोकिया, असीं उस काम तो रुकीए, रुक के देखो। ये बच्चे जिन्होंने तरक्कियां कीतियां बहुत बहुत बैठे ने बंदे, पिछले साल की गल है, बनवारी लाल जी उन्होंने बेटा, उन्होंने बनवारी लाल जी बहुत पुराने सेवादार महाराज ना चाले आते होंगे सी, उम्र हो गई काफ़ी, हड्ड पैर रह गए उन्होंने, उन्होंने बेटा उन्होंने चक के लैके आया गुफा के उत्ते, तो मैं क्या इन्नी तकलीफ तुसी क्यों करते हो भी, क्यों माँ बाप को इदा तुसी लैके आए हो, बड़ा औखा काम है। कहिंदे जी जो असी नहीं सी चलन, असी चलन तो आवाज़ आ रही, सानू भी तो गोदी चक के लैके आते, अज कोई गल नहीं, इन्हों तो नहीं चलिया जाता, असं इन्हों गोदी चक के लैके जावे। सो ये इन चीज़ों का असर पैंदा है, जेडे माँ बाप तप करते हैं अपने बच्चों उंगल लैके ला के नाल लैके आते हैं, फिर माँ बाप की सेवा भी ऐसे बच्चे करते हैं। सो बनवारी लाल जी के बेटे भी आए हुए हैं। सो ये थोड़ा मैं गल्लां तां दसदा भी तीर्थां ते तुसीं आ रहे हो जा रहे हो, पर जब तक गुरुआं की शिक्षा आप ग्रहण नहीं करनी उदों तक कोई फायदा नहीं मिलता तीर्थां ते आउण दा। हुण तुसीं सारे आए हो, डिसिप्लिन रखियो, कलों गुफा ते आपां जाणा है सारिआं ने, धक्का नहीं किसी ने, वैसे संगत मारदी नहीं है, संगत साडी बहुत चंगी है, बहुत प्यार करती है, ताही तो बैठे ने, प्यार करते ने ताही तो परवाह नहीं करते, ताही एड्डी दूरों तुर के आते हैं, पर फिर भी साडा फर्ज है भी असी समझाइए, किसी ने भी धक्का मारन दी, किसी नूं भी कोई किसी करके किसी नूं कोई दिक्कत ना आवे। जिहड़ा प्रशासन है पुलिस है इन्हां वास्ते भी ताड़ी मारो, पुलिस वालिआं वास्ते, क्योंकि इन्होंने अज बहुत साथ दिता साडा, बहुत साथ दिता है भी अपने बच्चे छड़ के बैठे ने, बाल बच्चे ड्यूटी दे रहे ने अपनी, कहदे वास्ते थोड़े वास्ते बैठे ने, थोड़ी सेवा वास्ते बैठे ने। सो इन्हां दी सहायता बिना भी नहीं चल सकते, क्योंकि मेला है बाबा जी का, कई तरह की संगत आती है, तो इन्होंने सुरक्षा देनी होंगी है संगत को, कई बुरे लोग भी आ जाते हैं, गंदी भावना लैके भी लोग संगत में आ जाते हैं, तो उन्होंने तो सुरक्षा देनी संगत को, वो इन्हां दी ड्यूटी है। सो बाबा जी इन्हों भी चढ़ती कला में रखन। सो प्यारे साहब सिंह जी मैं गल कर रहा भी जुड़न की, भी आप चौंकी से बैठे हैं भी बाबा जी नाल, मेन मकसद है नाम जपिए, कहते जी हम जप के की होएगा, नाम जप के होना की, थोड़ा हिरदा पवित्र हो जाने, पहले आप अपने मन में सख्ती करिए, क्योंकि क्यों सख्ती करिए, कहते लोग अजक कई मॉडर्न हो गए ने, कहते की लोड़ है तुर के जाने की, क्यों अपने शरीर को कष्ट देना है, नहीं, शरीर को कष्ट दे के होंदा की है, पहला जिहड़े साडे कर्म इंद्रिय ने, साडे हथ ने पैर ने, इन्हां नूं सेवा विच लाइए, सेवा करदे करदे लंगर की बाल्टी चकदे लंगर बरतांदे परदांदे अंदर नाम जपदे पए आ, इहदे नाल हिरदा पवित्र हो जाणा है, सत्संग च बैठ के हिरदा पवित्र हो जाणा है। ते जिन्हां ने चालीसा पढ़ना शुरू कर देना घरां दे विच, नाम जपदे जपदे नेम करदे अपना सख्ती दे नाल, अपने शरीर को सख्ती दे नाल चलाने सूलों के उत्ते, हौली हौली नेम दे नाल प्रेम पै जांदा है, तो जदों प्रेम पै गया प्यार पै गया बाबा जी दे नाल,
फिर मकसद पूरा हो गया, क्योंकि अंदर प्यास जग गई साढ़े दर्शनों की, अंदर सानू लगन लग गया भी सानू कमी है कोई चीज़ की, सानू बाबा जी चाहिए है, सानू बाबा जी के दर्शन चाहिए। जिदन ये जाग आ गई सानू प्यार पै गया बाबा जी के नाल, समझो थोड़ा दुनिया से आना सफल हो गया, क्योंकि प्यार दुनिया नू पैसे नाल है, रुतबे नाल है, ताकत नाल है, रब दे नाल प्यार कौन करता, वह तो विरले करोड़ों चो कोई एक हुंदा है जिहड़ा अपना आप अर्पण करता, जिहड़ा प्यार करता। सो बाबा जी अगे अरदास करिए साडा इत्थे आउणा सफल होवे ते साडा प्यार पै जावे बाबा जी दे नाल, क्योंकि पैसे नाल नहीं मनना, इन्हां ने मनना तो प्यार दे नाल, प्यार करिए बाबा जी दे नाल, ते प्यार दे नाल सारिआं ने दिलों आवाज़ लगाउणी बाबा जी नूं की कहना है। ਬਿਆਹ ਜੋਗੀਆਂ ਵੇ ਤੈਨੂੰ ਸੌ ਸਾਡੇ ਪਿਆਰ ਦੀ कोई भी इंसान ऐसा ना रवे जिहड़ा मूहों बाबा जी नूं ना बुलावे। सारिआं ने कोई भी जीबा ऐसी रहनी नहीं चाहिए जिहड़ी बंदगी ना करे, जिहड़ी नाम ना जपे। जुड़ के देखो साडे बाबा जी कोई बहुती देर नहीं लगाउंदे,
एक पल विच दुखड़े कट देंदे ने अपनी संगतां दे। सो जिहड़े दुख दूर कराउणा चाहुंदे ने अपने भी बाबा जी, देखो कलयुग दा जमाना है, साडे कर्म सानूं दुखी करदे ने, कोई परमात्मा दुखी नहीं करदा। ते सुखी किद्दां होणा है, किरत कर्म के विछड़े कर कृपा मिलो राम। ये बाबा जी साडे ते कृपा कर दिओ, असीं चाहिए चंगे बन जाइए, इदां नहीं हो सकदा। तुसीं साडे ते कृपा करो, असीं चंगे भी बनाना है तो तेरी कृपा तो बिना नहीं बन सकती। सो सारिया ने कोई भी जीबा ऐसी रवे ना जिहड़ी बंदगी ना करे, सारिया ने ताड़ी दे नाल थले बैठी संगत ने बोलना है। देहा जोगिया वे तेनू सौ साडे प्यार दी, देहा जावा वे आवे तेनू सौ साडे प्यार दी, देसा मेरे प्यार दी तेनू सौ साडे प्यार दी, प्यार दी तेनू सौ साडे प्यार दी, देहा जा जोगिया वे तेनू सौ साडे प्यार दी, देहा जा मावे आवे तेनू सौ साडे प्यार दी, देखदे दिन होर बाबा इंज तू सतावेगा, होर बाबा इंज तू सतावेगा, बेपगता प्यारिया नू लार लप्पे लावेगा, बेबच्चिया प्यारिया नू लार लप्पे लावेगा, कर दे तू गल बाबा यार दिया पार दी, देहा जा सोनिया वे तेनू सौ साडे प्यार दी, देहा जा जोगिया वे तेनू सौ साडे प्यार दी, ਅਜੀਬਾਂ ਵਿੱਚ ਇੰਨੀ ਹਿੰਮਤ ਨਹੀਂ ਹੈ ਵੀ ਬਾਬਾ ਜੀ ਦੀ ਸਿਫਤ ਕਰ ਸਕੇ, ਕਿਉਂਕਿ ਮਹਾਰਾਜ ਕਹਿੰਦੇ ਨੇ ਅਸੀਂ ਦੇਖੇ ਦਰ ਲੱਖਾਂ ਵੀ ਇੱਕ ਦਰ ਤੇਰਾ, ਤੇਰੇ ਦਰ ਤੋਂ ਵੱਧ ਕੋਈ ਦਰ ਹੈ ਨਾ, ਦੇਖੇ ਰੰਗ ਲੱਖਾਂ ਵੀ ਸੋਹਣਾ ਰੰਗ ਤੇਰਾ, ਬਾਬਾ ਜੀ ਤੇਰੇ ਰੰਗ ਤੋਂ ਵੱਧ ਕੋਈ ਰੰਗ ਹੈ ਨਾ, ਦੇਖੇ ਲੱਖ ਇਨਸਾਫ ਮੈਂ ਅਦਾਲਤਾਂ ਦੇ, ਤੇਰੇ ਦਰ ਤੋਂ ਵੱਧ ਇਨਸਾਫ ਹੈ ਨਾ, ਕਵੀ ਦਾਸਾ ਉਹ ਕਿਹੜੀ ਜਗ੍ਹਾ जिथे पौना हारी मेरा आप है। कहते बाबा जी तुसी हर जगह ते हो, सोना नू हाजर नाजर समझिए, सब तो नेड़े साडे बाबा जी बैठे, बस लोड़ है भी असी महसूस करिए ते किदां दा डर है। बेदर बाबे दे जाके मंगते सही, बेतेरी थूरी होवे ना लोड़ ता मैनू पड़ ली, ਮੇਰੀ ਗਮਾ ਦੀ ਚੁੱਲੀ ਦਾ ਤੇਰੇ ਵੱਲੋਂ ਵੇਦੇ ਵੇ ਰੁੱਖ ਨਾ ਮੋੜ ਤਾਂ ਮੈਨੂੰ ਪੜ ਲਈ, ਬੇ ਆਸੇ ਪਾਸੇ ਉਹ ਦੁੱਖਾਂ ਦਾ ਸੋ ਰੱਬ ਦੀ, ਵੇਦੇ ਵੇ ਘੇਰਾ ਨਾ ਤੋੜ ਤਾਂ ਮੈਨੂੰ ਪੜ ਲਈ, ਬੇ ਸਾਦਕੀ ਤੂੰ ਬਾਬੇ ਦੇ ਲੱਗ ਚਰਨੀ, ਜੇ ਤੈਨੂੰ ਕੋਈ ਰਹਿ ਜੇ ਥੋੜ ਤਾਂ ਮੈਨੂੰ ਪੜ ਲਈ, ਮਨਜ਼ੂਰ ਕਰਨ ਵਾਲਾ ਬਾਬਾ ਜੀ ਦਾ
ਬੋਲ ਸਾਚੇ ਦਰਬਾਰ ਕੀ ਦੇ ਸਿਫਤਾਂ ਕਰ ਕਰ ਦੱਸਾਂ ਮੇਰੇ ਬਾਵੇਂ ਦੇ ਦਰਬਾਰ ਦੀਆਂ ਸਿਫਤਾਂ ਕਰ ਕਰ ਦੱਸਾਂ